हेलो एंड वेलकम गाइस, आई होप तुसी सारे घैंट होगे। ते गाइस आपे पूरे घैंट आ ते कहंदे आ गए सी लेट लो बॉय कोले, ते आ बंदे नु ते तुसी जानदे नहीं, ते जानदे आ ते कमेंट आ जरूर दस्सी वी आ बंदे तुसी जानदे। टारजन आ, इह भाई टारजन इह जो हुंदा सीगा। ठीक आ भाई, ते मुंडियो अज आपा उधरले पासे दा चादर लग जूगी सीगा, फिर अच्छे सपोर्टा लग जाणा भाई यार। इहदा ट्राली दा भाई, ट्राली दे चादर लगी जांदी है। ते उधर वेख आ डैडी ने कल्ले ने पट्टियां सैटां इक दिन दे विच, आहा 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 सैटां डाला डुल्ला भड़का रहा भाई, तै दा कमला आई आ भाई। ਉਹ ਮਿਹਨਤ ਤਾਂ ਕੀਤੀਆਂ ਪਹਿਲਾਂ ਦੀਆਂ ਬੰਦਿਆਂ ਦੀਆਂ, ਆਪਣੇ ਤੋਂ ਓਨਾ ਕੰਮ ਨਹੀਂ ਹੁੰਦਾ ਜਿੰਨਾ ਉਹ ਕਰ ਦਿੰਦਾ। ਇਹ ਗੱਲ ਮੰਨ ਨਹੀਂ ਪਈ ਆ, ਉਹ ਪਲੈਟਫਾਰਮ ਫਿਰ ਆਇਆ ਨਾ, ਦਿਮਾਗ ਬਹੁਤ ਖਰਾਬ ਹੁੰਦਾ। ਰੈਡੀ ਤੇ ਅੱਜ ਇਧਰਲੀ ਤੇ ਚਾਦਰ ਤਾਂ ਹੋ ਜੂਗੀ, ਤੇ ਉਧਰਲੀ ਵੀ ਹੋਈ ਜਾਊ। ਉਧਰਲਾ ਵੀ ਕੀ ਰਹਿੰਦਾ ਯਾਰ, ਬੈਟਰੀ ਬਾਕਸ ਆ, ਬੈਟਰੀ ਬਾਕਸ ਤਾਂ ਵੇਖਦੇ ਆ ਅਸੀਂ, ਪਲਾਨ ਵੱਖੋ ਵੱਖਰੇ ਕਰੀ ਜਾਂਦੇ ਆ ਅਸੀਂ। ਹਾਂ ਬੈਟਰੀ ਵਾਲੇ ਬਾਕਸੇ ਦਾ ਵੱਖੋ ਵੱਖਰਾ ਅਸੀਂ ਡਿਜ਼ਾਈਨ ਸੋਚੀ ਬੈਠੇ ਹਾਂ। ਕੁਛ ਤਾਂ ਸਾਡਾ ਜੀ ਕਰਦਾ ਵੀ ਪਿੱਛੇ ਕਰਕੇ ਥੋੜ੍ਹਾ ਜਿਹਾ ਲਾ ਦਈਏ, ਹਨਾ, ਹੋ ਸਕਦਾ ਥੋੜ੍ਹਾ ਡਾਊਨ ਕਰਕੇ ਲਾ ਦਈਏ, ਫਿਰ ਵੇਖਦੇ ਆ ਇਹਦੇ ਥੱਲੇ ਲਾ ਦਈਏ, ਫਿਰ ਵੇਖਦੇ ਆ ਕੋਈ ਵੀ ਹੋਰ ਡਿਜ਼ਾਈਨ। ਹਾਂ ਇਹਦੇ ਟਾਇਰ ਵੀ ਪੂਰੇ ਛੋਟੇ ਆ, ਛੋਟੇ ਆ, ਉਹ ਕਹਿੰਦਾ ਜੀ ਵੱਡੇ ਪਾਉਣੇ ਆ, ਉਹ ਕਹਿੰਦੇ ਵੱਡੇ ਪਾਉਣੇ ਆ, 11 ਫੁੱਟ ਪਾਉਣੇ। ਹਾਂ ਤੇ ਬਾਕੀ ਵੇਖਦੇ ਆ ਕੀ ਬਣਦਾ ਮੇਰੇ ਵੀਰੋ, ਤੇ ਬਾਕੀ ਜੁੜੇ ਰਹੋ ਵੀਡੀਓ ਦੇ ਨਾਲ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਦੇ ਵਿੱਚ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਹੋਲੇ ਮਹੱਲੇ ਤੇ ਜਾਣ ਤੋਂ ਪਹਿਲਾਂ ਪਹਿਲਾਂ ਆਪਣੇ 10K ਹੋ ਜਾਣ ਨਾ ਬਸ, ਯਾਰਾ ਆ ਜੀ ਤੇ ਮੇਰੇ 100K, ਇਹਦੇ 100K ਕਰ ਦਿਓ ਮੁੰਡੇ ਦੇ। ਤੇ ਵੀਡੀਓ ਆਪਣੀਆਂ ਵਧੀਆ ਲੱਗਦੀਆਂ ਹੁੰਦੀਆਂ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ, ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕਿੰਨੀ ਕੁ ਵਧੀਆ ਵੀਡੀਓ ਆ। ਬਾਕੀ ਆਹ ਜਿਹੜਾ ਇਸ਼ਾਰੇ ਸ਼ੂਰੇ ਆ ਹਨਾ, ਇਹ ਆਪਾਂ ਸਾਰੇ ਨਵੇਂ ਪਵਾ ਦੇਣੇ ਹੈਪੀ ਨੇ, ਤੇ ਆ ਵੀ ਇਸ਼ਾਰਾ ਆਵੇ ਜਿਵੇਂ ਟੁੱਟਿਆ ਵਾ ਹਨਾ ਸਾਰੇ ਵੀ। ਇਹ ਇੱਕ ਹਿਸਾਬ ਦਾ ਵੀ ਜਦੋਂ ਉਹ ਹੋ ਜਾਂਦਾ ਨਾ ਪੁਰਾਣਾ ਜਿਹਾ ਹੋ ਜਾਂਦਾ, ਫਿਰ ਭੁਰਨ ਜੇ ਲੱਗ ਜਾਂਦਾ ਵੀ ਹੁਣ ਖੁੱਭ ਗਿਆ ਸੀਗਾ ਕੰਮ, ਹੋ ਗਿਆ ਸੀਗਾ ਹੁਣੇ। ਤੇ ਬਾਕੀ ਓਕੇ ਆ ਕੰਮ, ਤੇ ਅੱਜ ਕਰਦੇ ਆ ਰੈਡੀ, ਬਸ ਮਾੜਾ ਮੋਟਾ ਕੰਮ ਜਿਹਾ ਰਹਿ ਜੂਗਾ, ਇੱਕ ਅੱਧੇ ਦਿਨ ਤੱਕ ਉਹ ਵੀ ਨਿਬੜ ਜੂਗਾ। ਹਾਂ ਸਕਾਟ ਵੀ ਨਹੀਂ ਜਾਂਦਾ ਵੀਰੇ, ਹੁਣ ਆਹ ਖੋਲ ਕੇ ਪੱਕਾ ਕਰਦੇ ਆ, ਤੇ ਫਿਰ ਇਹਨੂੰ ਘੱਸਦੇ ਆ ਸਾਰਾ, ਜਗਾਡਮੈਂਟ ਵੇਖਦੇ ਆ, ਰੇਸ ਰੂਸ ਸੈਟਿੰਗ ਕਰਦੇ ਆ, ਸਪਰਿੰਗ ਪਾਉਣ ਵਾਲਾ ਜਿਹੜਾ ਸਪਰਿੰਗ ਪਾਉਂਦੇ ਆ, ਕਿੱਥੇ ਐਡਜਸਟ ਹੁੰਦਾ ਸਪਰਿੰਗ, ਫਿਰ ਵੇਖਦੇ ਕੀ ਬਣਦਾ ਮੇਰੇ ਵੀਰੇ। ਰੋਟੀਆਂ ਨਹੀਂ ਖਾਧੀਆਂ ਹਜੇ, ਕੁਰਕਰੇ ਖਾ ਗਈ, ਘਟਾਰ ਆਈ ਜਾਂਦੇ ਆ, ਅਸੀਂ ਤਾਂ ਕੁਰਕਰੇ ਨਾਲ ਹੀ ਰੱਜ ਜਾਂਦੇ ਹਾਂ ਕਿ ਨਹੀਂ। ਮੇਰੇ ਵੀਰੇ ਚਾਦਰ ਚੂਦਰ ਤਾਂ ਲਿਆਉਂਦੀ ਸੀਗੀ ਤੁਹਾਨੂੰ ਪਤਾ ਹਨਾ, ਤੇ ਤੁਹਾਨੂੰ ਪਤਾ ਵੀ ਹੈ ਪਤਾ ਨਹੀਂ ਪਤਾ, ਉਹ ਵੇਖ ਲੈਂਦੇ ਆਪਾਂ, ਦਿਖਾ ਦਿੰਦੇ ਚਾਦਰ ਮੇਰੇ ਹਿਸਾਬ ਨਾਲ, ਮੈਂ ਦਿਖਾਇਆ ਨਹੀਂ ਵਲੋਗ ਦੇ ਵਿੱਚ, ਹੈਪੀ ਨੇ ਗਰੈਂਡਰ ਗੁੰਡਰ ਮਾਰਤਾ ਜਿੱਥੇ ਮਾਰਨ ਵਾਲਾ ਸੀਗਾ, ਤੇ ਇਹਦਾ ਚਾਦਰ ਚੂਦਰ ਲਾਉਂਦੇ ਹਾਂ ਬਸ, ਬਾਕੀ ਕੰਮ ਤਾਂ ਫਿਨਿਸ਼ ਹੀ ਆ, ਬੈਟਰੀ ਬਾਕਸਾ ਬਾਅਦ ਚ ਲਾਉਂਦੇ ਹਾਂ ਆਪਾਂ, ਉੱਧਰਲੀ ਵੀ ਚਾਦਰ ਵੇਖਦੇ ਹਾਂ ਲਾਉਂਦੇ ਹਾਂ, ਗਰੈਂਡਰ ਗੁੰਡਰ ਮਾਰ ਕੇ ਚਾਦਰ ਆਵੇ ਆਪਾਂ ਲਿਆਉਂਦੇ ਸੀ ਹੈਪੀ ਦੇ ਪਿੰਡੋਂ ਲੈ ਕੇ ਆਉਂਦੇ ਉੱਥੋਂ, ਤੇ ਆਹ ਚਾਦਰ ਮੋਟਰਸਾਈਕਲ ਤੇ ਲੈ ਕੇ ਆਉਂਦੇ, ਏਡੀ ਲੰਮੀ ਵੇਖ ਲਓ, ਲਾ ਲਓ ਤੁਸੀਂ ਹਿਸਾਬ ਕਿਤਾਬ ਕਿੱਡੀ ਲੰਮੀ ਹੈ ਨਾ। ਉਹ ਬਈ ਮੇਰੇ ਵੀਰੇ ਉਹ ਕਹਿੰਦੇ ਕੀ ਹੋ ਗਿਆ, ਕਹਿੰਦੇ ਚਾਦਰ ਲਾਉਣ ਦੀ ਤਿਆਰੀ ਹੋ ਗਈ ਆ, ਤੇ ਚਾਦਰ ਆਪਾਂ ਲਾ ਕੇ ਫਿਰ ਟੀਪੀਆਂ ਹੀ ਕੱਢਾਂਗੇ, ਠੀਪੀਆਂ ਨਹੀਂ ਆਪਾਂ ਦਿਖਾਉਣੀਆਂ, ਠੀਕ ਹੈ, ਬਾਕੀ ਤੁਹਾਨੂੰ ਸਾਰਾ ਕੁਝ ਦਿਖਾ ਦਿੰਦੇ ਆਪਾਂ, ਠੀਪੀਆਂ ਹੋ ਸਕਦਾ ਨਾ ਦਿਖਾਈਏ, ਹੋ ਸਕਦਾ ਹੈਪੀ ਦਿਖਾ ਦੇਵੇ ਕੈਮਰੇ 'ਤੇ, ਪਰ ਮੈਂ ਨਹੀਂ ਦਿਖਾਉਣਾ ਚਾਹੁੰਦਾ ਕਿਉਂਕਿ ਇਹ ਚੀਜ਼ ਨਾ ਥੋੜ੍ਹੀ ਅੰਡਰਗਰਾਊਂਡ ਰੱਖਣੀ ਚਾਹੀਦੀ ਆ, ਇਹ ਇੱਕ ਹਿਸਾਬ ਦਾ ਲੋਗੋ ਹੀ ਆਪਣਾ ਲੋਗੋ ਕਹਿ ਦਈਏ ਆਪਾਂ, ਦੂਜਾ ਵੀ ਪਰਸੈਲਿਟੀ ਪਰਸਨੈਲਿਟੀ ਆ ਬਸ, ਮਤਲਬ ਵੀ ਦੱਸਣਾ ਨਹੀਂ ਗਾ ਵੀ ਕਿਵੇਂ ਨਿਕਲਦੀਆਂ, ਠੀਕ ਆ, ਇਹ ਤੁਸੀਂ ਆਪੇ ਬਣਾ ਸਕਦੇ, ਬਾਕੀ ਇੰਨਾ ਤੁਹਾਨੂੰ ਬਣਾ ਕੇ ਦੱਸਤਾ ਮੁੰਡਿਓ, ਅਤੇ ਉਹ ਚੀਜ਼ ਬਾਹਲੀ ਔਖੀ ਆ, ਉਹ ਤਾਂ ਸਾਨੂੰ ਪਤਾ ਵੀ ਕਿਵੇਂ ਕੱਢਣਗੀਆਂ ਹਨਾ, ਅਤੇ ਕੋਈ ਚੱਕਰ ਨਹੀਂ ਗਾ, ਲੱਕੀ ਵਾਲੇ ਤਾਂ ਤੁਹਾਨੂੰ ਦੱਸਿਆ ਸੀ ਪਰ ਉਹ ਸਹੀ ਨਹੀਂ ਨਿਕਲੀਆਂ ਸੀ ਸਾਨੂੰ ਪਤਾ, ਪਰ ਇਹਦੇ ਕੱਢਾਂਗੇ ਹੁਣ ਸਹੀ, ਕੋਈ ਚੱਕਰ ਨਹੀਂ ਗਾ। ਹੈਪੀ ਕੋਲ ਗਿਆ ਸੀਗਾ ਯਾਰ, ਹੈਪੀ ਹਜੇ ਸੁੱਤਾ ਪਿਆ ਬਤੰਦਰ, ਉਹ ਰਾਤ ਉਹਨੂੰ ਨੀਂਦ ਜਾਈ 3-4 ਵਜੇ ਤੱਕ, ਉਹੀ ਜਾਗੀ ਜੁਗੀ ਗਿਆ, ਫਿਰ ਸੁਬਹਾ ਸੰਧਿਆ ਉੱਠਿਆ, ਫਿਰ ਮੈਂ ਕਿਹਾ ਯਾਰ ਕੀ ਹੋ ਗਿਆ ਇਹਨੂੰ, ਇਹ ਅੱਗੇ ਤਾਂ 10 ਵਜੇ ਉੱਠਦਾ ਅਤੇ ਅੱਜ ਕਿਵੇਂ ਸੰਧਿਆ ਹੀ ਉੱਠਿਆ ਫਿਰਦਾ, ਫਿਰ ਮੈਨੂੰ ਪਤਾ ਲੱਗਿਆ, ਅਤੇ ਉਹ ਕਹਿੰਦਾ ਮੈਨੂੰ ਰਾਤ ਨੀਂਦ ਨਹੀਂ ਆਈ, ਮੈਂ ਚੱਲ ਕੋਈ ਨਹੀਂ ਸੁੱਤਾ ਪਿਆ ਹੀ, ਮੈਂ ਠਾਇਆ ਨਹੀਂ ਗਾ, ਮੈਂ ਚੱਲ ਯਾਰ ਕੋਈ ਨਹੀਂ ਹੈ ਨਾ, ਸੁੱਤਾ ਰਹਿਣ ਦਾ ਮੁੜ ਕੇ ਰਾਤ ਸਾਰੀ ਰਾਤ ਕੰਮ ਵੀ ਕਰਨਾ, ਅਤੇ ਕੋਈ ਚੱਕਰ ਨਹੀਂ, ਮੈਂ ਉਹਨਾਂ ਤੱਕ ਨਿਸ਼ਾਨ ਨਿਸ਼ੂਨ ਲਾ ਕੇ ਚਾਦਰ ਚੂਦਰ ਵੱਢ ਲੈਂਦਾ, ਅਤੇ ਵੈਲਡ ਵੁਲਡ ਕਰਦਾ ਮੈਂ, ਜਿੱਦਾਂ ਚੱਕ ਨਹੀਂ ਆਉਂਦਾ ਹੈ ਨਾ, ਜਦੋਂ ਆ ਗਿਆ ਉਦੋਂ ਵੇਖੀ ਜਾਊ ਕੀ ਬਣਦਾ ਕਿ ਨਹੀਂ। ਮੇਰੇ ਵੀਰੋ ਕਹਿੰਦੇ ਅੱਗ ਵੀ ਜ਼ਰੂਰੀ ਹੈ, ਲੈਟ ਗਈ, ਚੌਂਕ ਟੱਪ ਕੇ ਬਾਈ, ਚੌਂਕ ਟੱਪ ਕੇ, ਹਾਂ ਚੌਂਕ ਟੱਪ ਕੇ, ਟੂਣਾ ਨਾ ਕਰੇ ਚੌਂਕ 'ਤੇ, ਵੱਧ ਕੇ ਆਉਂਦਾ, ਅਤੇ ਹਨੇਰਾ ਹੋ ਗਿਆ ਬਾਈ, ਅਤੇ ਚਾਦਰ ਵੱਢਦੇ ਸੀਗੇ ਉਦੋਂ ਲੈਟ ਉੱਠ ਗਈ ਸੀਗੀ, ਅਤੇ ਠੀਪੀਆਂ ਬਣਾਉਣ ਲੱਗ ਪਏ ਸੀ ਮੁੰਡੇ, ਪਰ ਠੀਪੀਆਂ ਤੁਹਾਨੂੰ ਦਿਖਾਉਣੀਆਂ ਨਹੀਂ ਆ, ਠੀਪੀਆਂ ਕੱਢ ਕੇ ਫੇਰ ਹੀ ਦਿਖਾਵਾਂਗੇ, ਆਹ ਬੰਦਾ ਤੁਹਾਨੂੰ ਹੋ ਸਕਦਾ ਮੇਰਾ ਡਿਜ਼ਾਈਨ ਲੀਕ ਵੀ ਕਰ ਦੇਵੇ, ਇਹ ਬੰਦਾ ਹੋ ਸਕਦਾ ਮੈਂ ਆਪ ਹੀ ਲੀਕ ਕਰਦਾ, ਅਤੇ ਚਾਦਰ ਵੱਢਦੇ ਆ ਫਿਰ ਵੇਖਦੇ ਕੀ ਬਣਦਾ, ਲੈਟ ਉੱਠ ਗਈ ਸੀਗੀ ਹੁਣੇ ਆਈ ਆ, ਜਿਹੜੇ ਕੱਢ ਲਾਂਗੇ ਚਾਦਰ ਚੂਦਰ ਲਾ ਲਈਏ, ਪੌੜੀ ਪੂੜੀ ਦਾ ਸਮਾਨ ਵੱਢ ਦਾਂਗੇ, ਬਾਬਾ ਮਿਹਰ ਕਰੇ, ਮੈਂ ਖਿੱਚ ਕੇ ਕੰਮ, ਟੀਪੀਆਂ ਨੇ ਹੁਣ ਕੱਢਣੀਆਂ, ਫਿਰ ਟੀਪੀਆਂ ਸੁਬਹਾ ਕੱਢ ਲਾਂਗੇ,
ਰਾਤ ਤੇ ਆਪਣੀ ਉਹ ਬਣਾਉਣੀ ਪਿਆ ਕਰ ਟੂਲੀ ਉਹੀ ਆਪਾਂ ਪੌੜੀ ਪੂੜੀ ਬਣਾਣਾਗੇ ਵੇਖ ਲੈਣੇ ਚੱਲ ਲਓ ਬਈ ਮੇਰੇ ਵੀਰੋ ਇੱਕ ਆ ਚਾਦਰ ਵੱਢ ਲਈ ਆ ਦੱਸ ਕੇ ਵੀ ਕਿੱਧਰ ਲਈ ਆ ਇੱਧਰ ਲਈ ਆ ਹਾਂ ਇੱਧਰਲਾ ਸਟੈਪ ਇੱਥੋਂ ਲੈ ਕੇ ਇੱਥੋਂ ਤੱਕ ਆ ਇਹਦੇ ਵਿੱਚ ਕੋਈ ਕੱਟ ਵੱਢ ਨਹੀਂ ਹੈ ਵੀ ਸਿੰਪਲ ਆ ਜਾਵਾ ਇਹਦੇ ਆਪਾਂ ਟੀਪੀਆਂ ਕੱਢ ਦੇਣੀਆਂ ਬੱਲੇ ਤੇਰੇ ਤਾਂ ਪੂਰਾ ਮੈਸਤਰੀ ਬਣ ਗਿਆ ਯਾਰ ਕਿਉਂ ਬਣਦੀ ਹੈ ਨਾ ਗੱਲ ਹੈਂ ਠੀਕ ਹੈ ਯਾਰ ਹੁਣ ਇਹਨੂੰ ਲਾ ਕੇ ਵੈਲਡ ਟੀਪੀਆਂ ਕੱਢ ਕੇ ਵੇਖੀਏ ਪਹਿਲਾਂ ਟੀਪੀਆਂ ਇਹਦੇ ਕੱਢ ਕੇ ਵੇਖੀਏ ਫਿਰ ਵੇਖਦੇ ਕੀ ਪਤਾ ਲਓ ਬਈ ਮੇਰੇ ਵੀਰੋ ਟੀਪੀਆਂ ਟੁੱਪੀਆਂ ਕੱਢ ਕੇ ਫਿਰ ਵੇਖਦੇ ਕੀ ਬਣਦਾ ਕੋਈ ਆ ਕੀ ਕਰੀ ਜਾਂਦਾ ਭਾਈ ਸਾਹਿਬ ਇੱਕ ਕੀ ਕਰਦਾ ਸੀਗਾ ਇਹ ਹੈ ਖਲੇ ਕੋ ਮਲਦਾ ਹੀ ਸੀਗਾ ਹੱਥ ਤੇ ਕੋਈ ਕੋਈ ਲੱਗਦਾ ਕੋ ਸੀਗਾ ਤੇਰੇ ਕੋਲੇ ਕੀ ਹੋ ਗਿਆ ਚਾਦਰ ਲਾ ਕੇ ਮੇਰੇ ਮੂੰਹ ਚ ਮੱਠੀ ਆ ਤੁਸੀਂ ਕਹੋਗੇ ਪਤਾ ਨੀ ਬੋਲੀ ਨਾ ਭੁੱਖ ਲੱਗ ਜਾ ਭਰਾ ਤਾਂ ਲੱਗਿਆ ਆਹ ਲੱਗ ਗਈ ਚਾਦਰ ਹੁਣ ਮਾੜਾ ਮੋਟਾ ਹੈ ਜਿਹੜੀ ਵੱਧਦੀ ਘੱਟਦੀ ਆ ਗਰੈਂਡਰ ਮਾਰਨ ਵਾਲਾ ਇਹ ਮਾਰ ਕੇ ਪੂਰੀ ਓਕੇ ਹੋ ਜਾਣੀ ਆ ਠੀਕ ਆ ਤੇ ਇਹਦੀ ਵੱਢ ਲਈ ਆਪਾਂ ਚਾਦਰ ਤੇ ਇੱਦਾਂ ਲੱਗੂਗੀ ਚਾਦਰ ਇਹ ਆਹ ਕੱਟ ਕੱਢਣਾ ਪੈਣਾ ਰੇਸ ਵਾਲਾ ਨਾ ਇੱਦਾਂ ਟਿਪ ਕਰਕੇ ਕੱਟ ਕੱਢਣਾ ਪੈਣਾ ਇਹ ਠੀਕ ਆ ਆਹ ਕੱਟ ਕੱਢ ਕੇ ਇਹਨੂੰ ਕਰਦੇ ਓਕੇ ਫਿਰ ਵੇਖਦੇ ਕੀ ਬਣਦਾ ਮੇਰੇ ਵੀਰੋ ਆਹ ਵੀ ਕੱਟ ਕੱਢਣੇ ਆ ਨਾ ਬ੍ਰੇਕਾਂ ਵਾਲੇ ਇੱਥੇ ਰੇਸ ਵਾਲਾ ਵੀ ਕੱਟ ਨਿਕਲਦਾ ਇੱਕ ਇੱਥੇ ਨਿਕਲਦਾ ਕੱਟ ਸਾਰੇ ਕੱਢਾਂਗੇ ਕੋਈ ਟੈਨਸ਼ਨ ਨਾ ਮੇਰੇ ਵੀਰੋ ਉਹ ਦੂਜੇ ਦੇ ਵੀ ਲੱਗ ਗਈ ਆ ਚਾਦਰ ਆਹ ਕੱਟ ਵੇਖੋ ਤੁਸੀਂ ਆਪਾਂ ਕੱਢਿਆ ਸੀਗਾ ਇਹਦੇ ਵਾਲਾ ਬਾਕੀ ਕੱਟ ਰਹਿੰਦੇ ਆ ਲੀਵਰ ਲੂਵਰ ਵਾਲੇ ਬਾਕੀ ਸਾਰੇ ਕੱਟ ਰਹਿੰਦੇ ਇਹ ਵੀ ਪੱਕੀ ਹੋ ਗਈ ਆ ਚਾਦਰ ਤੇ ਇੱਧਰ ਹੈਪੀ ਕਹਿੰਦੇ ਮਾਰ ਰਿਹਾ ਗਰੈਂਡਰ ਜਿਹੜੀ ਆਪਾਂ ਚਾਦਰ ਲਾਈ ਵੀ ਸੀਗੀ ਉਹ ਤੇ ਇਹ ਤਾਂ ਲੱਗ ਗਈ ਸੀ ਹੁਣ ਲਓ ਬਈ ਮੇਰੇ ਵੀਰੋ ਹੈਪੀ ਨੇ ਦੂਜੇ 'ਤੇ ਵੀ ਮਾਰਤਾ ਸੀ ਗਰੈਂਡਰ ਤੁਹਾਨੂੰ ਕਲੀਅਰ ਜਿਹਾ ਕਰਕੇ ਦਿਖਾਉਣਾ ਅਤੇ ਇਹ ਨਹੀਂ ਰਹਾ ਪਿਆ ਤਾਂ ਨਹੀਂ ਦੱਸਦਾ ਇੱਥੇ ਟੱਕ ਟੁੱਕ ਜਿਹੜੇ ਕੱਢਣੇ ਆ ਉਹ ਆਪਾਂ ਕੱਢ ਦਿੰਦੇ ਹਾਂ ਆਹ ਕੱਢਤਾ ਸੀਗਾ ਕਰੇਸ ਵਾਲਾ ਇਹ ਵੀ ਹੋ ਗਿਆ ਕਿੱਲੀਆਂ ਕੁੱਲੀਆਂ ਵਾਲੇ ਰਹਿੰਦੇ ਟੱਕ ਟੁੱਕ ਮਿਹਨਤੀ ਕਹਿੰਦੀ ਕੀਤੀ ਵੀ ਉਹ ਕੱਢ ਕੇ ਫਿਰ ਇਹਨੂੰ ਜੱਟਦੇ ਹਾਂ ਆਹ ਦੂਜਾ ਵੇਖੋ ਦੂਜਾ ਆਪਾਂ ਕਾਸਤਾ ਅਤੇ ਲੁੱਕ ਦੱਸੋ ਕਿੱਦਾਂ ਲੱਗਦੀ ਆ ਬਣ ਗਈ ਨਾ ਹੁਣ ਗੱਲ ਕੱਲ੍ਹ ਨੂੰ ਟੀਪੀਆਂ ਹੀ ਇਹਦੀਆਂ ਕੱਢਣੀਆਂ ਬੂਬੀਆਂ ਹੀ ਤਾਂ ਨੂੰ ਜਿਹੜੀਆਂ ਨਿਕਲਦੀਆਂ ਉਹ ਕੱਢਾਂਗੇ ਅਸੀਂ ਉਹ ਜਗਾੜਨਾ ਕੱਢਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਕੋਈ ਨਹੀਂ ਕੋਈ ਚੱਕਰ ਨਹੀਂ ਜਿੱਥੇ ਇੰਨਾ ਵੱਡਾ ਪਲੇਟਫਾਰਮ ਤੁਹਾਨੂੰ ਦੱਸਤਾ ਵੀ ਕਿਵੇਂ ਬਣਦਾ ਅਤੇ ਇਹ ਵੀ ਜ਼ਰੂਰ ਦੱਸਾਂਗੇ ਵੀ ਕਿਵੇਂ ਬਣਦਾ ਬਾਕੀ ਚੈੱਕ ਕਰੋ ਓਕੇ ਆ ਨਾ ਜਮਾ ਕੰਮ ਜਮਾ ਟੈਨਸ਼ਨ ਆ ਨਾ ਕੰਮ ਅਤੇ ਬਾਕੀ ਓਕੇ ਆ ਅਤੇ ਫਿਰ ਵੇਖਦੇ ਆ ਉਹ ਕੱਸ ਕੇ ਵੇਖਦੇ ਵੀ ਕਿੱਦਾਂ ਲੁੱਕ ਲੱਗਦੀ ਫਿਰ ਤੁਹਾਨੂੰ ਦਿਖਾਉਂਦੇ ਹਾਂ ਮੇਰੇ ਵੀਰੋ ਅਤੇ ਗਰੈਂਡਰ ਤਾਂ ਵੱਜ ਗਿਆ ਅਤੇ ਹੁਣ ਉਹਦੀਆਂ ਮੂਰੀਆਂ ਮੂਰੀਆਂ ਕੱਢਣਾ ਨਹੀਂ ਰਹਿੰਦੀਆਂ ਆਹ ਜਿਵੇਂ ਟੱਕ ਟੁੱਕ ਜੇ ਕੱਢਣਾ ਰਹਿੰਦੇ ਫਿਰ ਵੇਖਦੇ ਕੀ ਉਹ ਬਾਈ ਮੇਰੇ ਵੀਰੋ ਕਹਿੰਦੇ ਪਲੇਟਫਾਰਮ ਇੱਧਰਲਾ ਹੋ ਗਿਆ ਓਕੇ ਬਾਕੀ ਤੁਸੀਂ ਚੈੱਕ ਕਰੋ ਆਹ ਨਟ ਨੂੰ ਤੁਹਾਡੇ ਕੱਸ ਨਾਲ ਆ ਇੱਥੋਂ ਵੀ ਮਾਰਾਂਗੇ ਟੈਨਸ਼ਨ ਲਓ ਅਤੇ ਹਜੇ ਅਸੀਂ ਕਸੇ ਨਹੀਂ ਗੇ ਜਾਣ ਕੇ ਨਹੀਂ ਕਸੇ ਕਿਉਂਕਿ ਸਾਨੂੰ ਪਤਾ ਵੀ ਸੁਬਾਹ ਆ ਕੇ ਖੋਲ੍ਹਣਾ ਪੈਣਾ ਟੀਪੀਆਂ ਟੁੱਪੀਆਂ ਜਿਹੜੀਆਂ ਕੱਢਣੀਆਂ ਪੈਣੀਆਂ ਟੀਪੀਆਂ ਟੀਪੀਆਂ ਆਹ ਸਪਰਿੰਗ ਵੀ ਨਹੀਂ ਪਾਏ ਠੀਕ ਆ ਇਹ ਵੀ ਨਾ ਤੁਸੀਂ ਸਮਝੋ ਵੀ ਕੀ ਚੱਕਰ ਆ ਇਹ ਹੈ ਨਾ ਅਤੇ ਸਪਰਿੰਗ ਵੀ ਨਹੀਂ ਪਾਏ ਤਾਂ ਕਰਕੇ ਇਹ ਵੀ ਆਏ ਥੱਲੇ ਦੇ ਰਹਿੰਦੇ ਆ ਇਹ ਠੀਕ ਆ ਮਾੜੇ ਟਾਇਰ ਇਹ ਇਹ ਵੀ ਸੈੱਟ ਕਰਨ ਵਾਲੇ ਥੋੜ੍ਹੀ ਝਰੀ ਖੁੱਲ੍ਹੀ ਕਰਾਂਗੇ ਕੋਈ ਚੱਕਰ ਨਹੀਂ ਗਾ ਇਹਦਾ ਵੀ ਹੱਲ ਕਰੋ ਹਾਂ ਸਫਾਈ ਚੈੱਕ ਕਰੋ ਤੁਸੀਂ ਯਾਰ ਠੀਕ ਹੈ ਨਾ ਕੰਮ ਓਕੇ ਹੈ ਨਾ ਆ ਇੱਥੇ ਥੋੜਾ ਜਿਹਾ ਨੂੰ ਛੇੜਨ ਦੀ ਲੋੜ ਨਹੀਂ ਵੇਖੋ ਆ ਵੇ ਦੇਖ ਲੈ ਜਿਵੇਂ ਸਿਰੇ ਜਾਂਦੀ ਆ ਇਹਦੇ ਸਪਰਿੰਗ ਪਾਉਣ ਵਾਲੇ ਵੀ ਪਾ ਦਾਂਗੇ ਨਾ ਇਹ ਪੌੜੀ ਚੜੇ ਨਾ ਕਾਸੇ ਚੜੇ ਬੈਟਰੀ ਬਾਕਸ ਆ ਇਹਦਾ ਬਹੁਤ ਲੋਟ ਆਇਆ ਬੈਟਰੀ ਬਾਕਸ ਦੇ ਵੀ ਨਹੀਂ ਆਉਂਦਾ 44 ਦੇ ਵੀ ਨਹੀਂ ਲੋਟ ਆਉਂਦਾ ਇਹਦੇ ਲੋਟ ਆਇਆ ਇਹਦੇ ਲੋਟ ਬਹੁਤ ਵਧੀਆ ਆਇਆ ਸਹੀ ਗੱਲ ਆ ਤੇ ਪੌੜੀਆਂ ਵਾਲਾ ਵੀ ਵੇਖਦੇ ਆ ਜਗਾੜ ਜੇ ਟਾਈਮ ਹੋਇਆ ਤਾਂ ਉਹ ਵੀ ਲੱਗ ਜਾਵਾਂਗੇ ਤੇ ਪਹਿਲਾਂ ਉਧਰਲਾ ਪਲੇਟਫਾਰਮ ਇੰਨਾ ਰੈਡੀ ਕਰ ਲਈ ਹਨਾ ਵੀ ਬਾਅਦ ਚ ਵੇਖਦੇ ਆ ਟਾਈਮ ਕਿੰਨਾ ਬਚਦਾ ਕੀ ਚੱਕਰ ਆ ਕਿ ਨਹੀਂ ਹਨਾ ਬੈਟਰੀ ਬਾਕਸ ਦਾ ਹਲਾਉਣਾ ਹੀ ਨਹੀਂ ਇੱਥੋਂ ਹਾਂ ਮੇਰੇ ਵਾਂਗੂ ਟੱਕਣ ਖੋਲਦਾ ਕਰਦਾ ਹਾਂ ਵੇਖ ਲਾ ਕਸਤਾ ਲੈ ਆਪਾਂ ਚਾਦਰ ਦੀ ਗੱਲ ਨਵੀਂ ਲਾ ਲਾਂਗੇ ਇਹ ਗਲੀ ਪਈ ਆ ਹੋਰ ਕਿਤੇ ਬੈਟਰੀ ਦਾ ਸੈੱਟ ਜੇ ਬਤੰਦਰ ਉਹ ਆਈ ਮਿੱਟੀ ਨਾਲ ਹੀ ਖੜਾ ਸੀ ਪਹਿਲਾਂ ਉਹਨੇ ਕਹਿੰਦਾ ਯਾਰ ਬੈਟਰੀ ਨਹੀਂ ਸਿਉਂਦੀ ਯਾਰ ਕਿੱਥੇ ਡੱਗ ਪਈ ਯਾਰ ਉਹਨੇ ਕਹਿੰਦਾ ਆਕਾ ਹੀ ਪਊਗਾ ਉਹਨੇ ਕਹਿੰਦਾ ਤੁਸੀਂ ਰੱਖ ਲਈ ਉਹਨੇ ਕਹਿੰਦਾ ਤੁਸੀਂ ਸਟਾਰਟ ਕਰਕੇ ਮੈਨੂੰ ਦੇ ਦੇ ਹਨਾ ਬੈਟਰੀ ਰੱਖ ਲਈ ਤੁਸੀਂ ਹਨਾ ਨਹੀਂ ਨਹੀਂ ਉਹ ਗੱਲ ਕਰਦੇ ਆ ਉਹ ਮਨ ਚ ਤਾਂ ਯਾਰ ਆਹ ਕੀ ਯਾਰ ਉਹਨਾਂ ਨੇ ਸਟਾਰਟ ਕਰਕੇ ਦੇ ਦਿੱਤਾ ਹੁਣ ਬੈਟਰੀ ਰੱਖ ਲਈ ਹੋਣੀ ਆ ਕਿ ਨਹੀਂ ਬੈਟਰੀ ਭਾਈ ਰਾਜ ਸੈੱਟ ਜੇ ਬਤੰਦਰ ਚੋਰ ਆ ਚੋਰ ਆ ਚੋਰ ਹੀ ਆ ਤੇ ਬਾਕੀ ਮੁੰਡੇ ਕਮੈਂਟਾਂ 'ਚ ਜ਼ਰੂਰ ਦੱਸਿਓ ਵੀ ਬਾਈ ਕਿੱਦਾਂ ਦਾ ਬਣਿਆ ਪਲੇਟਫਾਰਮ ਕੱਲ੍ਹ ਟੀਪੀਆਂ ਵੀ ਕੱਢਾਂਗੇ ਅਤੇ ਟੀਪੀਆਂ ਅਤੇ ਟੀਪੀਆਂ ਕੱਢ ਕੇ ਫਿਰ ਦੱਸਿਓ ਤੁਸੀਂ ਕਿੱਦਾਂ ਦਾ ਬਣਿਆ ਬਾਕੀ ਹੁਣ ਦੱਸਿਓ ਤੁਸੀਂ ਕਮੈਂਟਾਂ ਦੇ ਵਿੱਚ ਕਿਵੇਂ ਓਕੇ ਹੈ ਨਾ ਕੰਮ ਆਹ ਵੇਖੋ ਤੁਸੀਂ
ਜਿਹੜਾ ਗੱਲਬਾਤ ਨਾ ਮੁੰਡੇ ਉਹ ਬਈ ਮੇਰੇ ਵੀਡੀਓ ਇੱਧਰ ਦਾ ਕਸਿਆ ਗਿਆ ਸੀਗਾ ਆਹ ਜਗਾਰ ਮੇਰੇ ਤੁਹਾਨੂੰ ਪਤਾ ਤੇ ਇਹਦੇ ਵੀ ਚਾਦਰ ਲੱਗ ਗਈ ਹੈ ਠਰੀਆਂ ਦਾ ਤੇ ਆਪਾਂ ਵੀ ਖੋਲ ਲਿਆ ਇਹਦੀ ਵੀ ਚਾਦਰ ਵੱਢ ਲਈ ਆ ਤੇ ਹੁਣ ਇਹਦੇ ਲਾ ਕੇ ਚਾਦਰ ਦੇ ਫਿਰ ਸੱਟ ਮਾਰਤੀ ਬਈ ਸੱਟ ਵੱਜ ਗਈ ਬਈ ਮੁੰਡੇ ਦੇ ਤੇ ਇਹ ਚਾਦਰ ਚੁੱਦਰ ਲਾ ਕੇ ਇਹਦੇ ਕੱਟ ਕੁੱਟ ਕੱਢ ਕੇ ਫਿਰ ਆਪਾਂ ਜਾਂਦੇ ਆ ਕੱਟ ਕੱਟ ਦਿੱਤਾ ਬਾਈ ਗੂਠੇ ਚੋਂ ਬਾਈ ਮੇਰੇ ਦਵਾਈ ਦਵਾ ਲਿਆ ਉਹ ਚਾਦਰ ਚੱਕ ਫਿਰ ਲਾਈਏ ਬਾਈ ਮੇਰੇ ਟੀਕਾ ਲਵਾ ਲਿਆ ਲੋਹੇ ਦੀ ਸੱਟ ਆ ਉਹਦੀ ਬਾਈ ਦਾ ਇਹ ਵੀਰ ਜਾਂਦੀ ਆ ਬਾਈ ਵੀਰ ਜਾਂਦੀ ਆ ਪੱਕ ਜਾਂਦੀ ਆ ਮੇਰੇ ਬਾਈ ਦਾ ਲਾ ਚੱਲ ਇਹਦੇ ਚਾਦਰ ਲਾ ਕੇ ਤੇ ਫਿਰ ਇਹਦੀਆਂ ਜਗਾੜਮੈਂਟ ਕੱਢ ਕੇ ਇਹਦੇ ਇੱਕ ਝਰੀ ਆ ਤੇ ਉਹਦੇ ਦੋ ਝਰੀਆਂ ਬਸ ਉਹ ਕੱਢ ਕੇ ਤੇ ਲਾ ਕੇ ਫਿਰ ਕਰਕੇ ਤੇ ਜਾ ਕੇ ਨਹਾ ਕੇ ਪੈ ਜੀਏ ਬਸ ਸੌਂ ਜੀਏ ਮਿੱਤਰੋ ਬਾਕੀ ਆਪਾਂ ਕੱਲੂ ਕਰ ਲਾਂਗੇ ਕੋਈ ਨਹੀਂ ਅੱਜ ਬਹੁਤ ਕੰਮ ਆਪਣਾ ਨਿਬੜ ਗਿਆ ਜਿਹੜਾ ਚਾਦਰ ਲੱਗ ਗਈ ਆਪਣੀ ਠੀਕ ਹੈ ਨਾ ਉਹ ਬਈ ਮੇਰੇ ਵੀਡੀਓ ਕਹਿੰਦੇ ਆ ਵੀ ਪਲੇਟਫਾਰਮ ਇੱਧਰਲਾ ਵੀ ਰੈਡੀ ਹੋ ਗਿਆ ਗ੍ਰੈਂਡਰ ਰਹਿ ਗਿਆ ਤੇ ਇੱਕ ਝਰੀਆਂ ਹੈਗੀਆਂ ਮਾਰਨਾ ਜੇ ਚਾਹੀਦੀਆਂ ਮਾੜੀਆਂ ਮੋਟੀਆਂ ਜਿਹੜੀਆਂ ਕਲੱਚ ਵਾਲੀ ਆ ਤੇ ਇੱਕ ਆਪਣੇ ਸਟੀਅਰਿੰਗ ਵਾਲੀ ਆ ਉਹ ਹਨਾ ਉਹ ਰਹਿੰਦੇ ਆ ਤੇ ਇੱਕ ਇੱਧਰ ਲੀਵਰ ਜਾ ਜਾਂਦਾ ਪੀਟੀਓ ਵਾਲਾ ਉਹ ਰਹਿੰਦੀ ਆ ਠੀਕ ਆ ਉਹ ਆਪਾਂ ਮਾਰਾਂਗੇ ਹੁਣ ਸੁਬਾਹ ਹੁਣ ਯਾਰ ਨਾ ਹੰਭ ਗਏ ਸੀ ਹਨੇਰਾ ਬਹੁਤ ਜ਼ਿਆਦਾ ਹੋ ਗਿਆ 12 1 ਵੱਜ ਗਿਆ ਪੂਰਾ ਟਾਈਮ 7 ਵਜੇ ਵੀ ਹਨੇਰਾ ਇੰਨੇ ਸੀ ਬਈ ਕਿਤੇ 7 ਵਜੇ ਹਨੇਰਾ ਨਹੀਂ ਹੁਣ ਹਨੇਰਾ ਕੋ ਜ਼ਿਆਦਾ ਲੱਗ ਰਿਹਾ ਨਾ 1 ਵਜ ਗਿਆ ਨਾ ਹੁਣ ਟਾਈਮ ਵੀ ਵੇਖ ਨਾ ਤੂੰ ਤੇ ਬਾਕੀ ਮੁੰਡਿਓ ਬਾਕੀ ਆ ਕੇ ਕਰਾਂਗੇ ਸੁਬਾਹ ਠੀਕ ਆ ਤੇ ਅੱਜ ਦਾ ਵਲੌਗ ਦੇ ਵਿੱਚ ਗਾਈਸ ਇੰਨਾ ਹੀ ਆ ਬਸ ਕਿਉਂਕਿ ਅਸੀਂ ਲੱਗੇ ਵੀ 6 ਵਜੇ ਅੱਜ ਸ਼ਾਮ ਨੂੰ ਕਿਉਂਕਿ ਪਹਿਲਾਂ ਚਾਦਰ ਲੈ ਗਏ ਹਨਾ ਤੇ ਫਿਰ ਆ ਕੇ ਲੱਗੇ ਹਨਾ ਤੇ ਆ ਰੇਸ ਰੂਸ ਦੀ ਸੈਟਿੰਗ ਤੁਸੀਂ ਵੇਖੋ ਪੂਰੀ ਘੈਂਟ ਆ ਕਿ ਨਹੀਂ ਆ ਸਪਰਿੰਗ ਪਾਉਣਾ ਫਿਰ ਆਟੋਮੈਟਿਕ ਤਾਂ ਚੱਕ ਹੀ ਜਾਊਗਾ ਵੀ ਬਾਕੀ ਤੁਸੀਂ ਚੈੱਕ ਕਰੋ ਸਹੀ ਹੈ ਨਾ ਆਹ ਬ੍ਰੇਕਾਂ ਬਰੂਕਾਂ ਵਾਲੀ ਵੀ ਸੈਟਿੰਗ ਪੂਰੀ ਓਕੇ ਹੋਈ ਵੀ ਇੱਥੇ ਝਰੀਆਂ ਮਾਰੀਆਂ ਵੀ ਆਪਣੀ ਉਨੀ ਉਨੀ ਸਾਰੀ ਸਹੀ ਹੈ ਨਾ ਮੁੰਡਿਓ ਅਤੇ ਬਾਕੀ ਉੱਧਰਲਾ ਬਣ ਗਿਆ ਤੁਹਾਨੂੰ ਦਿਖਾਤਾ ਅਤੇ ਗਾਈਸ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਅਤੇ ਕੱਲ੍ਹ ਨੂੰ ਹੁਣ ਹੋ ਸਕਦਾ ਠਿੱਪੀਆਂ ਠੁੱਪੀਆਂ ਕੱਢ ਕੇ ਅਤੇ ਆਪਾਂ ਜਿਹੜੇ ਉਹ ਆ ਫੋਟੋ ਸਟੈਪ ਉਹ ਵੀ ਇੱਥੋਂ ਐਂ ਲਾ ਦਾਂਗੇ ਠੀਕ ਆ ਅਤੇ ਬੈਟਰੀ ਬਾਕਸ ਇੱਥੇ ਅਡਜਸਟ ਹੋ ਗਿਆ ਆਪਣਾ ਬਹੁਤ ਵਧੀਆ ਹੋ ਗਿਆ ਜੇ ਇਹਦੇ ਥੱਲੇ ਕਰਦੇ ਫਿਰ ਲੀਡਾਂ ਨਵੀਆਂ ਲਿਆ ਕੇ ਆਪਾਂ ਨੂੰ ਲੋੜੀਆਂ ਪੈਣੀਆਂ ਲੰਮੀਆਂ ਥੋੜ੍ਹੀਆਂ ਹੀਆਂ ਉਹ 'ਤੇ ਖਰਚਾ ਥੋੜ੍ਹਾ ਜ਼ਿਆਦਾ ਹੋ ਜੂਗਾ ਖਰਚਾ ਨਾ ਕਰਦੇ ਹੋਏ ਆਪਾਂ ਨੂੰ ਇੱਥੇ ਅਡਜਸਟ ਕਰਨਾ ਪੈਣਾ ਤੇ ਆਪਣੀ ਸੈਟਿੰਗ ਹੋ ਜੂਗੀ ਇੱਥੇ ਬੜਾ ਫਿੱਟ ਰਹੂਗਾ ਬੜਾ ਫਿੱਟ ਰਹੂ ਨਾਲੇ ਰੀਨਲ ਰਹੂਗਾ ਯਾਰ ਹਨਾ ਖੋਲਾ ਕਰਨਾ ਵੀ ਸੌਖਾ ਬਾਕੀ ਵੇਖ ਲਾਂਗੇ ਅਡਜਸਟਮੈਂਟ ਕਰਕੇ ਵੀ ਕਿੱਧਰ ਨੂੰ ਕੀ ਹੁੰਦਾ ਤੇ ਗਾਈਸ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਬਸਕ੍ਰਾਈਬ ਗਾਈਸ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬਾਏ ਬਾਏ ਗਾਈਸ।